Hello, welcome to my family, and hope you guys are safe, enjoying the nice weather. And today is August 23rd, and which we are going to celebrate my mom's birthday. So I'm going to buy a cake today. And my brother said that you took it, and I was busy, so he couldn't go anywhere. So ਮੈਂ ਹੁਣ ਕੇਕ ਚੱਕ ਕੇ ਤੇ ਸਾਡੇ ਦੀਦੀ ਦੇ ਘਰ ਬੈਠਾ ਹੋਇਆ ਸੀਗਾ ਤੇ ਉਹਨਾਂ ਕੋਲ ਚੱਲੇ ਹੈਗੀ ਆ ਨਾਲੇ ਬੇਟੀ ਨੂੰ ਮਿਲ ਲਾਂਗੇ ਨਾਲੇ ਅਸੀਂ ਇੰਜੋਏ ਕਰ ਲਾਂਗੇ ਉਸ ਤੋਂ ਬਾਅਦ ਮੈਂ ਹੁਣ ਸਮੋਸੇ ਚੱਕਣੇ ਆ ਤੇ ਥੋੜਾ ਮੋਟਾ ਮੈਂ ਸਵੀਟ ਨਾਲ ਲੈ ਲੈਣੀ ਹੈਗੀ ਆ ਤੇ ਹੋਰ ਤੁਸੀਂ ਦੱਸੋ ਸਾਰੇ ਕਿੱਦਾਂ ਹੈਗੇ ਹੋ ਕੀ ਕਰਦੇ ਪਏ ਹੋ ਅੱਜ ਕੱਲ ਹੁਣ ਠੰਡ ਸ਼ੁਰੂ ਹੋ ਗਈ ਕੈਲਗਰੀ ਚ ਤਾਂ ਸਾਡੇ ਇੱਥੇ ਤੇ ਇਟਸ ਗੋਨਾ ਬੀ ਸਨੋ ਹੇਅਰ ਸੂਨ ਤੇ ਅੱਜ ਅਸੀਂ ਕਿਉਂਕਿ ਕੱਲ੍ਹ ਵੀ ਮੈਂ ਬੇਟੀ ਨੂੰ ਦੇਖਣ ਨਹੀਂ ਸੀ ਗਈ ਤਾਂ ਮੇਰਾ ਦਿਲ ਬਹੁਤ ਕਰਦਾ ਸੀ ਆਈ ਮਿਸ ਹਿਮ ਅ ਲੋਟ ਅਤੇ ਮੇਰਾ ਸੀਗਾ ਚਲ ਫਿਰ ਦਿਲ ਨਹੀਂ ਸੀ ਅੱਜ ਜਾਣਾ ਤਾਂ ਨਹੀਂ ਸੀਗਾ ਕਿਉਂਕਿ ਮੈਂ ਘਰੇ ਕੰਮ ਕਰ ਰਹੀ ਸੀ ਬਟ ਬ੍ਰਦਰ ਦਾ ਫੋਨ ਆਇਆ ਕਿ ਕਹਿੰਦਾ ਨਹੀਂ ਤੂੰ ਆ ਜਾ ਵੀ ਮੰਮੀ ਦਾ ਅੱਜ ਬਰਥਡੇ ਹੈਗਾ ਅਤੇ ਆਪਾਂ ਸਾਰੇ ਸੈਲੀਬ੍ਰੇਟ ਕਰ ਲੈਂਦੇ ਹਾਂ ਸੋ ਮੈਂ ਹੁਣੇ ਚੱਲੀ ਹੈਗੀ ਹਾਂ ਅਤੇ ਮੈਂ ਤੁਹਾਨੂੰ ਕੇਕ ਦਿਖਾ ਦਿੰਦੀ ਮੈਂ ਕੇਕ ਜਿਹੜਾ ਲਿਆ ਅਤੇ ਫਿਰ ਰਸਤੇ 'ਚ ਮੈਂ ਜਾਂਦੇ ਜਾਂਦੇ ਸਮੋਸੇ ਚੱਕ ਲੈਣੇ ਆ ਦੇਖੋ ਆਹ ਮੈਂ ਕੇਕ ਲੈ ਲਿਆ ਸੀਗਾ ਫਰੂਟ ਕੇਕ ਕਿਉਂਕਿ ਬੱਚੇ ਵੀ ਲਾਈਕ ਕਰਦੇ ਆ ਸਾਰੇ ਜਣੇ ਫਰੂਟ ਕੇਕ ਲਾਈਕ ਕਰਦੇ ਆ ਮੈਂ ਇੱਥੇ ਥੱਲੇ ਰੱਖ ਲਿਆ ਅਤੇ ਹੁਣ ਮੈਂ ਹਾਂਜੀ ਅਤੇ ਮੈਂ ਹੁਣ ਚੱਲੀ ਹਾਂ ਸਮੋਸੇ ਚੱਕਣ ਫਿਰ ਉਸ ਤੋਂ ਬਾਅਦ ਮੈਂ ਜਾਊਂਗੀ ਘਰੇ ਸਮੋਸੇ ਅਤੇ ਕੇਕ ਚੱਕਣ ਆਈ ਮੀਨ ਘਰ ਲੈ ਕੇ ਜਾਊਂਗੀ ਸੋ ਸਮੋਸੇ ਵੱਲ ਮੈਂ ਫੋਨ ਕੀਤਾ ਸੀਗਾ ਉਹ ਕਹਿੰਦੇ ਆਲਮੋਸਟ 15 ਮਿੰਟ ਲੱਗਣੇ ਮੈਂ ਕਿਹਾ ਚਲ ਇੱਥੇ ਸੇਫਵੇ ਦੀ ਪਾਰਕਿੰਗ 'ਚ ਮੈਂ ਵੇਟ ਕਰ ਲੈਂਦੀ ਹਾਂ ਨਾਲੇ ਮੈਂ ਤੁਹਾਡੇ ਨਾਲ ਗੱਲਾਂ ਕਰ ਲਾਂ ਨਾਲੇ ਮੈਂ ਕਿਉਂਕਿ ਮੈਂ ਹਜੇ ਸ਼ੁਰੂ ਨਹੀਂ ਸੀ ਕੀਤੀ ਵੀਡੀਓ ਅਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਅਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤਾਂ ਜੋ ਕਿ ਜਿਹੜੀਆਂ ਕਿ ਵੀਡੀਓ ਸਾਨੂੰ ਮਿਲਦੀਆਂ ਰਹਿਣ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿੱਦਾਂ ਦੀ ਵੀਡੀਓ ਲੱਗੀ ਹੈਗੀ ਆ ਅਤੇ ਮੈਂ ਹੁਣ ਚੱਲੀ ਹਾਂ ਸਮੋਸੇ ਲੈਣ ਫਿਰ ਮਿਲਦੇ ਹਾਂ ਜਲਦੀ ਹੀ ਹਾਂਜੀ ਹੁਣ ਮੈਂ ਆ ਗਈ ਹੈਗੀ ਹਾਂ ਸਮੋਸਾ ਫੈਕਟਰੀ ਤੋਂ ਸਮੋਸੇ ਲੈਣ ਅਤੇ ਉੱਧਰੋਂ ਮੈਂ ਸਮੋਸੇ ਔਡਰ ਕਰਤੇ ਸੀ ਉਹਨਾਂ ਨੂੰ ਅਤੇ ਉਹ ਕਹਿੰਦੇ ਵੀ 15 ਮਿੰਟ ਲੱਗਣੇ ਫਿਰ ਮੈਂ ਇੱਥੇ ਆ ਕੇ ਹੁਣ ਗਾਰਜ 'ਚ ਬੈਠੀ ਹੈਗੀ ਹਾਂ ਅਤੇ ਬਾਕੀ ਦੀਦੀ ਹੁਣੀ ਸਾਰੀ ਪ੍ਰੈਪਰੇਸ਼ਨ ਕਰਕੇ ਬੈਠੇ ਘਰੇ ਦੇਖੋ ਆਹ ਮੈਂ ਆਈ ਹਾਂ ਸਮੋਸਾ ਫੈਕਟਰੀ ਦੇ ਸਮੋਸੇ ਸਵਾਦ ਹੁੰਦੇ ਆ ਸੋ ਮੈਂ ਮੋਸਟਲੀ ਅਸੀਂ ਇੱਥੋਂ ਹੀ ਲੈ ਕੇ ਜਾਂਦੇ ਜੇ ਸਮੋਸੇ ਔਡਰ ਕਰਨੇ ਹੋਏ ਵੈਸੇ ਪੈਟੀਸ ਤਾਂ ਮੈਂ ਘਰੇ ਬਣਾਉਂਦੀ ਹੁੰਦੀ ਹਾਂ ਬਹੁਤ ਘੱਟ ਔਡਰ ਕਰੀਦਾ ਹੈਗਾ ਹਾਂਜੀ ਮੈਂ ਸਮੋਸੇ ਕਲੈਕਟ ਕਰ ਲਏ ਸੀਗੇ ਸੋ ਮੈਂ ਹੁਣ ਚੱਲੀ ਹਾਂ ਘਰੇ ਅਤੇ ਘਰੇ ਜਾ ਕੇ ਮੰਮੀ ਨੂੰ ਦਿੰਦੀ ਹਾਂ ਸਰਪ੍ਰਾਈਜ਼ ਹਾਂਜੀ ਆਹ ਸਮੋਸੇ ਨੇ ਅਤੇ ਉਹ ਮੈਂ ਕੇਕ ਤੁਹਾਨੂੰ ਪਹਿਲਾਂ ਲਿਖਾਇਆ ਸੀਗਾ ਸੋ ਮਿਲਦੇ ਹਾਂ ਥੋੜ੍ਹੀ ਦੇਰ ਤੱਕ ਚਲੋ ਜੀ ਅਸੀਂ ਸਾਰੇ ਜਣੇ ਇੱਧਰ ਅਮਰ ਸਿੰਘ ਭੈਣ ਜੀ ਵੀ ਆਏ ਨੇ ਸਾਰੇ ਜਣੇ ਆਪਾਂ ਆਏ ਹੋਏ ਹਾਂ ਇੱਧਰ ਆ ਦੂਜੇ ਨਿਆਣੇ ਕਿੱਥੇ ਆ ਚਲੋ 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 ਨਾ ਨਾ ਤੁਸੀਂ ਕੱਟੋ ਆਪ ਹੈਪੀ ਬਰਥਡੇ ਟੂ ਯੂ ਓਏ ਹੋਲੀ ਆਂਟੀ ਜੀ ਨੂੰ ਖਵਾਉਂਦੀ ਫਿਰ ਚਲੋ 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 ਬਈ ਕੱਟਿਆ ਗਿਆ ਆਪੋ ਆਪਣਾ ਫੜੋ ਤੇ ਚਾਓ ਆਪਣਾ ਆਪਣਾ ਚਲ ਕੁੜ ਗਏ ਮੈਂ ਲਾਓ ਭੋਗ ਰਾਈ ਲਾ ਤਾ ਫਿਰ ਅਗਲੇ ਸਾਲ ਇੱਧਰ ਵੱਡੇ ਹੋ ਨਹੀਂ ਅਗਲੇ ਸਾਲ ਇੱਧਰ ਵੱਡੇ ਹੋ ਆਪ ਖਾਣ ਜੀ ਕਹਿੰਦਾ ਮੂੰਹ ਜਦੋਂ ਕਰਾਉਣੀ ਚਲੋ ਚਲੋ ਅੱਗੇ ਆ ਜਾਓ ਚਲੋ ਵੀ ਚਲੋ 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 ਸਾਰਾ ਜਿਹੜੇ ਪਰਿਵਾਰ ਦੀਆਂ ਲੰਬੀਆਂ ਬੁਰਾ ਸਾਰੇ ਬੱਚਿਆਂ ਦੀਆਂ
ਤਰੱਕੀਆਂ ਕਰ ਦਿਨ ਦੁਗਣੀ ਚਾਰ ਚੌਗਣੀ ਤਰੱਕੀ ਸਹੀ ਗੱਲ ਆ ਸਾਰਿਆਂ ਦੀ ਹੋ ਗਈ ਹਾਂਜੀ ਅਸੀਂ ਬਰਥਡੇ ਦਾ ਮੰਮੀ ਦਾ ਕੇਕ ਕੱਟ ਲਿਆ ਸੀਗਾ ਉੱਧਰ ਅਮਾ ਜੀ ਦੀਦੀ ਵੀ ਆ ਗਏ ਤੇ ਉਹਨਾਂ ਦੇ ਮਨਪ੍ਰੀਤ ਦੀਦੀ ਗੁਆਂਢੀ ਜਿਹੜੇ ਨੇ ਦੀਦੀ ਉਹਨਾਂ ਨਾਲ ਵੀ ਆਪਣਾ ਬਹੁਤ ਖਾਸ ਹੈਗੇ ਨੇ ਤੇ ਉਹ ਆ ਗਏ ਸੀ ਬ੍ਰਦਰ ਆ ਗਿਆ ਸੀਗਾ ਫਿਰ ਉਧਰੋਂ ਮੈਂ ਚਲੀ ਗਈ ਸੀ ਤੇ ਹੁਣ ਅਸੀਂ ਚੱਲੇ ਹਾਂ ਘਰੇ ਤੇ ਘਰੇ ਜਾ ਕੇ ਕਰਦੇ ਹਾਂ ਘਰ ਦੇ ਕੰਮ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਕਿ ਜਿਹੜੀਆਂ ਵੀ ਫਿਊਚਰਸ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣ ਤੇ ਨਵੇਂ ਨਵੇਂ ਵਲੌਗਸ ਮਿਲਦੇ ਰਹਿਣ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਤੇ ਕੋਈ ਤੁਹਾਡੇ ਦਿਲ 'ਚ ਕੋਈ ਗੱਲ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਫਿਰ ਮਿਲਦੇ ਹਾਂ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ ਲਵ ਯੂ ਆਲ